ओम शांति अज हण उन्नीस सत्त दो हज़ार बई दे साकारप दादा जी दे महावाक आज बाप दा जी ने आख्या मिठे बच्चे तुहाड़ा करम संन्यास नहीं है लेकिन विकर्मा तो तुसी संन्यास करना है कदम भी कोई विक्रम अर्थात पापकर्म नहीं करना आज का प्रश्न हैगा ਤੁਸੀਂ ਬੱਚੇ ਕਿਸ ਅਭਿਆਸ ਤੋਂ ਡੈਡ ਸਾਇਲੈਂਸ ਦਾ ਅਨੁਭਵ ਕਰ ਸਕਦੇ ਹੋ ਉੱਤਰ ਹੈਗਾ ਅਸ਼ਰੀਰੀ ਬਣਨ ਦੇ ਅਭਿਆਸ ਨਾਲ ਇੱਕ ਬਾਪ ਜੀ ਦੇ ਸਿਵਾਏ ਦੂਜਾ ਕੋਈ ਵੀ ਯਾਦ ਨਾ ਆਵੇ ਸਰੀਰ ਵੀ ਜਿਵੇਂ ਮਰਿਆ ਪਿਆ ਏ ਐਸੀ ਅਭਿਆਸ ਨਾਲ ਆਤਮਾ ਡੈਡ ਸਾਇਲੈਂਸ ਦਾ ਅਨੁਭਵ ਕਰ ਸਕਦੀ ਏ ਅੱਜ ਦਾ ਦੂਜਾ ਪ੍ਰਸ਼ਨ ਹੈ ਸਾਰੇ ਦੁੱਖਾਂ ਤੋਂ ਛੁੱਟਣ ਦੀ ਸਹਿਜ ਵਿਧੀ ਕਿਹੜੀ ਹੈ ਉੱਤਰ ਹੈਗਾ ਡਰਾਮਾ ਨੂੰ ਚੰਗੀ ਤਰ੍ਹਾਂ ਬੁੱਧੀ ਵਿੱਚ ਰੱਖਣਾ ਹਰ ਇੱਕ ਪਾਰਟ ਦਾ ਰੀ ਨੂੰ ਸਾਕਸ਼ੀ ਹੋ ਕੇ ਵੇਖਣਾ ਤਾਂ ਦੁੱਖਾਂ ਤੋਂ ਛੁੱਟ ਜਾਓਗੇ ਕਦੇ ਕਿਸੇ ਗੱਲ ਦਾ ੱੱਕਾ ਨਹੀਂ ਖਾਣਾ ਅੱਜ ਦਾ ਗੀਤ ਹੈਗਾ ਓਮ ਨਮਹੋ ਸ਼ਿਵਾਏ ਓਮ ਸ਼ਾਂਤੀ ਇਹ ਜਿਹੜੇ ਗੀਤ ਵਿੱਚ ਅੱਖਰ ਨਿਕਲਦੇ ਸਨ ਸ਼ਿਵਾਏ ਨਮਹਾ ਇਹ ਭਗਤੀ ਦੇ ਵਚਨ ਸਨ ਹੇ ਸ਼ਿਬਾਬਾ ਆਪ ਜੀ ਸਾਨੂੰ ਨਮਸਕਾਰ ਕਰਦੇ ਹੋ ਪਰੰਤੂ भगत ਲੋਕ ਤਾਂ ਜਾਣਦੇ ਹੀ ਨਹੀਂ ਕਿ ਸ਼ਿਬਾਬਾ ਕੌਣ ਹੈਗਾ ਕੋਈ ਇੱਕ ਵੀ ਸ਼ਿਵ ਦਾ ਭਗਤ ਸ਼ਿਵ ਨੂੰ ਨਹੀਂ ਜਾਣਦੇ ਸ਼ਿਬਾਬਾ ਬਿਲਕੁਲ ਹੀ ਸਾਧਾਰਣ ਅੱਖਰ ਸਨ ਤਾਂ ਸ਼ਿਵਾਏ ਨਮਹਾ ਆਖਣਾ ਇਹ ਵੀ ਭਗਤੀ ਦਾ ਅੰਸ਼ ਹੋ ਜਾਂਦਾ ਏ ਹੁਣ ਤੁਸੀਂ ਕੀ ਆਖਦੇ ਹੋ ਤੁਸੀਂ ਕਦੇ ਐਵੇਂ ਨਹੀਂ ਆਖੋਗੇ ਸ਼ਿਵਾਏ ਨਮਹ ਵਾਸਤਵ ਵਿੱਚ ਕਹਿਣੇ ਦੀ ਲੋੜ ਹੀ ਨਹੀਂ ਰਹਿੰਦੀ ਬੱਚਿਆਂ ਨੂੰ ਘੜੀ ਘੜੀ ਨਹੀਂ ਆਖਿਆ ਜਾਂਦਾ ਕਿ ਬਾਪ ਨੂੰ ਯਾਦ ਕਰੋ ਉਹ ਤਾਂ ਛੋਟੇ ਬੱਚਿਆਂ ਨੂੰ ਸਿਖਾਇਆ ਜਾਂਦਾ ਏ ਅਥਵਾ ਅਲਫ ਅਤੇ ਬੇ ਪੜਾਇਆ ਜਾਂਦਾ ਏ ਵਾਸਤਵ ਵਿੱਚ ਇਸ ਨੂੰ ਕਹਿਣਾ ਵੀ ਕੁਝ ਨਹੀਂ ਮਨ ਮਨਾ ਭਵ ਨਹੀਂ ਕਹਿਣਾ ਹੁੰਦਾ ਇਹ ਵੀ ਸੰਸਕ੍ਰਿਤ ਦੇ ਅੱਖਰ ਸਨ ਤੁਹਾਨੂੰ ਤਾਂ ਕਦੇ ਸੰਸਕ੍ਰਿਤ ਵਿੱਚ ਸਮਝਾਇਆ ਨਹੀਂ ਜਾਂਦਾ ਬੱਚੇ ਜਾਣਦੇ ਸਨ ਅਸਾਂ ਤਾਂ ਬਾਪ ਦੀ ਯਾਦ ਵਿੱਚ ਰਹਿੰਦੇ ਹਾਂ ਆਤਮਾ ਆਪੇ ਹੀ ਜਾਣਦੀ ਸਨ ਬਾਪ ਨੇ ਸਾਨੂੰ ਪਰਿਚੈ ਦਿੱਤਾ ਏ ਬੱਚੇ ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋ ਜਾਣਗੇ ਤਾਂ ਯਾਦ ਕਰਨਾ ਬੱਚਿਆਂ ਦਾ ਫਰਜ਼ ਹੁੰਦਾ ਏ ਇੱਥੇ ਆ ਕੇ ਜਦੋਂ ਤੁਸੀਂ ਬੈੰਦੇ ਹੋ ਤਾਂ ਬਾਪ ਦੀ ਯਾਦ ਵਿੱਚ ਅਸ਼ਰੀਰੀ ਹੋ ਕੇ ਬਹਿਣਾ ਚਾਹੀਦਾ ਏ ਗਿਆਨ ਵੀ ਬੁੱਧੀ ਵਿੱਚ ਬੈਂਦਾ ਏ ਅਸੀਂ ਆਤਮਾ ਬਾਪ ਨੂੰ ਯਾਦ ਕਰਦੀਆਂ ਸਨ ਇਹ ਸਰੀਰ ਦੇ ਸਾਡੇ ਕੋਲ ਆਰਗਨਸ ਸਨ ਐਸ ਦੀ ਵੈਲਿਊ ਵੀ ਦੇਖੋ ਕਿੰਨੀ ਹੈਗੀ ਬਾਜਾ ਕਿੰਨਾ ਫਰਸਟ ਕਲਾਸ ਹੈਗਾ ਜੇਕਰ ਮਨੁੱਖ ਸਪਜਾਂਦਾ ਠੀਕ ਨਹੀਂ ਤੇ ਬਾਜਾ ਵੀ ਕਿਸੇ ਕੰਮ ਦਾ ਨਹੀਂ ਇਹੋ ਜੀਵੀ ਮੁੱਖੀ ਆਤਮਾ ਹੀ ਹੈਗੀ ਆਤਮਾ ਜਾਣਦੀ ਸਨ ਸਾਡੇ ਇਹ ਆਰਗਨਸ ਸਾਨੂੰ ਮਿਲੇ ਹੋਏ ਸਨ ਕਰਮ ਕਰਨ ਦੇ ਲਈ ਅਸੀਂ ਕਰਮ ਯੋਗੀ ਸਨ ਕਰਮ ਸੰਨਿਆਸੀ ਅਸੀਂ ਹੋ ਨਹੀਂ ਸਕਦੇ ਉੱਥੇ ਤੇ ਕਾਇਦੇ ਦੇ ਵਿਰੁੱਧ ਸਨ ਵਿਕਰਮਾ ਦਾ ਸੰਨਿਆਸ ਕੀਤਾ ਜਾਂਦਾ ਏ ਕਿ ਸਾਨੂੰ ਕੋਈ ਵਿਕਰਮ ਸਾਡੇ ਕੋਲ ਨਾ ਹੋਵੇ ਪਾਪ ਨਾ ਹੋਵੇ ਸਭ ਤੋਂ ਵੱਡਾ ਵਿਕਾਰ ਸਣ ਕਮ ਵਿਕਾਰ ਦਾ ਸੰਨਿਆਸ ਧਰਮ ਵਾਲੇ ਜ਼ਿਆਦਾ ਵਿਕਾਰ ਨੂੰ ਪਾਪ अथवा ਦੁਸ਼ਮਨ ਮੰਨਦੇ ਸਣ ਐਸ ਲਈ ਡਰਾਮਾ ਅਨੁਸਾਰ ਉਹਨਾਂ ਦਾ ਧਰਮ ਹੀ ਹੈ ਜੰਗਲ ਵਿੱਚ ਚਲੇ ਜਾਣਾ ਘਰ-ਬਾਰ ਦਾ ਸੰਨਿਆਸ ਕਰਨਾ ਇਹ ਵੀ ਇੱਥੇ ਡਰਾਮਾ ਦੀ ਨੂਂ ਦੇ ਉਹਨਾਂ ਨੇ ਇਹ ਵੀ ਕਰਨਾ ਹੀ ਪੈਂਦਾ ਏ ਉਹ ਧਰਮ ਹੀ ਅਲੱਗ ਸਣ ਉਹਨਾਂ ਦਾ ਕੋਈ ਭਾਰਤ ਦਾ ਸਨਾਤਨ ਤੇ ਵੀ ਦੇਵਤਾ ਧਰਮ ਨਹੀਂ ਆਖਾਂਗੇ ਆਦ ਸੁਨਾਤਨ ਸੰ ਹੈ ਹੀ ਦੇਵੀ ਦੇਵਤਾ ਧਰਮ ਬਾਕੀ ਤਾਂ ਬੇਸ਼ੁਮਾਰ ਧਰਮ ਸੰ ਸੰਨਿਆਸੀਆਂ ਦਾ ਵੀ ਇੱਕ ਹੀ ਧਰਮ ਸੰ ਜਿਹੜੇ ਮਨੁੱਖਾਂ ਹੀ ਸਥਾਪਨ ਆ ਕੇ ਕਰਦੇ ਸਨ ਭਗਵਾਨ ਨਹੀਂ ਸਥਾਪਨ ਕਰਦੇ ਬਾਬਾ ਨੇ ਸਮਝਾਇਆ ਸੰ ਕਿ ਕਦੇ ਕੋਈ ਵੀ ਧਰਮ ਇੱਕ ਦੋ ਦੇ ਪਿਛਾੜੀ ਮਨੁੱਖ ਸਥਾਪਨ ਕਰਦੇ ਸਨ ਤੁਸੀਂ ਹੁਣ ਇਹੋ ਜਿਹਾ ਨਹੀਂ ਆਖਦੇ ਕਿ ਪਰਮ ਪਿਤਾ ਪਰਮਾਤਮਾ ਨੇ ਆ ਕੇ ਕ੍ਰਿਸ਼ਚੰਤਰਮ ਸਥਾਪਨ ਕੀਤਾ ਸੀ ਜਾਂ ਸੰਨਿਆਸੀਆਂ ਦੇ ਨਿਵ੍ਰਤੀ ਮਾਰਗ ਦਾ ਧਰਮ ਪਰਮਾਤਮਾ ਨੇ ਆ ਕੇ ਸਥਾਪਨ ਕੀਤਾ ਤੁਸੀਂ ਤਾਂ ਜਾਣਦੇ ਹੋ ਪਰਮ ਪਿਤਾ ਪਰਮਾਤਮਾ ਇੱਕ ਹੀ ਵਾਰ ਆ ਕੇ ਦੇਵਤਾ ਬ੍ਰਾਹਮਣ ਦੇਵਤਾ क्षत्रिय ਧਰਮ ਦੀ ਸਥਾਪਨਾ ਕਰਦੇ ਸਨ ਔਰ ਕੋਈ ਧਰਮ ਭਗਵਾਨ ਨਹੀਂ ਸਥਾਪਨ ਕਰ ਸਕਦੇ ਡਰਾਮਾ ਅਨੁਸਾਰ ਹਰੇਕ ਆਪਣਾ ਆਪਣਾ ਧਰਮ ਸਥਾਪਨ ਕਰਦੇ ਸਨ ਐਵੇਂ ਨਹੀਂ ਕਿ ਪਰਮਾਤਮਾ ਕਿਸ ਨੂੰ ਆਖ ਦੇ ਸਣ ਫਲਾਣਾ ਆਓ ਤੇ ਜਾ ਕੇ ਤੁਸੀਂ ਧਰਮ ਸਥਾਪਨ ਕਰੋ ਇਹ ਤਾਂ ਸਾਰਾ ਬਣਾ ਬਣਾਇਆ ਡਰਾਮਾ ਸਨ ਹਰ ਇੱਕ ਨੂੰ ਆਪਣੇ ਸਮੇਂ ਤੇ ਆ ਕੇ ਆਪਣਾ ਧਰਮ ਸਥਾਪਨ ਕਰਨਾ ਹੀ ਪੈਂਦਾ ਹੈ ਕਿਉਂਕਿ ਪਵਿੱਤਰ ਸਣ ਪਵਿੱਤਰ ਆਤਮਾ ਬਗੈਰ ਕੋਦੇ ਕੋਈ ਧਰਮ ਸਥਾਪਨ ਨਹੀਂ ਹੋ ਸਕਦਾ ਕਾਇਦਾ ਹੀ ਨਹੀਂ ਆਤਮਾ ਆ ਕੇ ਆਪਣਾ ਧਰਮ ਸਥਾਪਨ ਕਰਦੀ ਏ ਔਰ ਪਵਿੱਤਰ ਰਹਿੰਦੀ ਏ ਔਰ ਸਾਰੇ ਧਰਮ ਮਨੁੱਖ ਸਥਾਪਨ ਕਰਦੇ ਸਨ ਇਹ ਇੱਕ ਹੀ ਦੇਵੀ ਦੇਵਤਾ ਧਰਮ ਸਨ ਜਿਹੜੇ ਬਾਪ ਆਪੇ ਆ ਕੇ ਸਥਾਪਨ ਕਰਦੇ ਸਨ ਹੁਣ ਤੁਸੀਂ ਤ੍ਰਿਕਾਲ ਦਰਸ਼ੀ ਬਣ ਗਏ ਹੋ ਰਚੈਤਾ ਔਰ ਰਚਨਾ ਦੇ ਆਦ ਮਦ ਅੰਤ ਦੇ ਗਿਆਨ ਨੂੰ ਵੀ ਜਾਣ ਗਏ ਸਨ ਇਸ ਸਮਾ ਤੁਹਾਡੇ ਸਿਵਾਏ ਔਰ ਕੋਈ ਸ੍ਰਿਸ਼ਟੀ ਦੇ ਆਦ ਮਦ ਅੰਤ ਨੂੰ ਨਹੀਂ ਜਾਣਦੇ ਅਸੀਂ ਹੁਣ ਜਾਣਦੇ ਹਾਂ ਹੁਣ ਤੁਸੀਂ ਸਮਝਦੇ ਹੋ ਸਭ ਤੋਂ ਚਾਸ ਦੀਪਕਤੀ ਸ਼ੁਰੂ ਹੁੰਦੀ ਹੈ ਜਦੋਂ ਸਾਡੀ ਉਤਰਤੀ ਕਲਾ ਸ਼ੁਰੂ ਹੁੰਦੀ ਹੈ ਜਦੋਂ ਚੜਦੀ ਕਲਾ ਹੁੰਦੀ ਹੈ ਤਾਂ ਸਾਰਿਆਂ ਦਾ ਭਲਾ ਹੋ ਜਾਂਦਾ ਹੈ ਉਤਰਤੀ ਕਲਾ ਵਿੱਚ ਕਿਸ ਦਾ ਭਲਾ ਹੁੰਦਾ ਨਹੀਂ ਇਹ ਸਾਰੀਆਂ ਸਮਝਣ ਦੀਆਂ ਗੱਲਾਂ ਸਨ ਇਹ ਵੀ ਡਰਾਮਾ ਵਿੱਚ ਨੂਨ ਦਸਨ ਇਹ ਵੱਡੀ ਅੱਛੀ ਟੋਪਿਕਸ ਸਨ ਗੀਤਾ ਦਾ ਭਗਵਾਨ ਕੌਣ ਹੈ ਐਸ ਪੇ ਲੀਨੂ ਹੱਲ ਕਰਨ ਤੋਂ ਤੁਸੀਂ ਬਾਪ ਦਾ ਵਰਸਾ ਪਾ ਕੇ विश्वक ਦਾ مالک ਬਣ ਸਕਦੇ ਹੋ ਮਨੁੱਖ ਵਿਸ਼ਵ ਦਾ مالک ਨੀਰਾਕਾਰ ਨੂੰ ਸਮਝਦੇ ਸਨ ਪਰੰਤੂ ਵਿਸ਼ਵਤਾ ਸ੍ਰਿਸ਼ਟੀ ਨੂੰ ਆਖਿਆ ਜਾਂਦਾ ਹੈ ਬਾਪ ਵਿਸ਼ਵ ਦਾ مالک ਨਹੀਂ ਬਣਦੇ ਬਾਪ ਆਖਦੇ ਸਨ ਮੈਂ ਤਾਂ ਨਿਸ਼ਕਮ ਸੇਵਾਦਾਰੀ ਸਾ ਤੋਹਾਨੂੰ ਆ ਕੇ ਮੈਂ ਤੁਹਾਡਾ ਗਤੀ ਸਦਗਤੀ ਦਾਤਾ ਬਣ ਤੁਹਾਡੀ ਗਤੀ ਸਦਗਤੀ ਕਰ ਕਰਦਾ ਹਾਂ ਤੁਸੀਂ ਮੋਸਟ ਬਿਲਵਰਡ ਚਿਲड्रन ਹੋ ਮੈਂ ਤੁਹਾਡਾ obedient servant ਸਾ ਤੁਸੀਂ ਪੁਕਾਰਦੇ ਆਏ ਹੋ हे ਪਤਿਤ ਪਾਵਨ ਆਓ ਆ ਕੇ ਸਾਨੂੰ ਪਾਵਨ ਬਣਾਓ ਆਜਰ ਸਰਕਾਰ ਆਇਆ ਸਣ ਬਾਪ ਬੱਚਿਆਂ ਦਾ ਸਰਵੈਂਟ ਬਣ ਕੇ ਆਂਦੇ ਸਣ ਫਿਰ ਕਦੇ ਕੋਈ ਕਪੂਤ ਵੀ ਨਿਕਲ ਪੈਂਦੇ ਸਣ ਬਾਪ ਤਾਂ ਨੀਰਾਕਾਰੀ ਨਿਰੰਹਕਾਰੀ ਗਾਇਆ ਹੋਇਆ ਏ ਉੱਚੇ ਤੇ ਉੱਚਾ ਭਗਵਾਨ ਔਰ ਉਸ ਦਾ ਅਹਯਰਤ ਹੈਗਾ ਕਈ ਬੱਚੇ ਆਖਦੇ ਸਣ ਅਸੀਂ ਸ਼ਿਬਾਬਾ ਦੇ ਰਥ ਦੇ ਲਈ ਕੱਪੜਾ ਭੇਜ ਦਿੰਦੇ ਸਾਂ ਰਥ ਦੀ ਅਸੀਂ ਖਾਤਰੀ ਕਰ ਸਕਦੇ ਸਨ ਸ਼ਿਬਾਬਾ ਤੋਂ ਖਾਂਦੇ ਨਹੀਂ ਹੈਗੇ ਕਿਸੇ ਦੀ ਖਾਤਰੀ ਕਰਨ ਇਸ ਦੇ ਲਈ ਡਰੈਸ ਵੀ ਉਹੀ ਉਹ ਚੱਲੀ ਆਂਦੀ ਏ ਕੋਈ ਹੰਕਾਰ ਹੀ ਨਹੀਂ ਰਹਿੰਦਾ ਕੋਈ ਚੇਂਜ ਹੀ ਨਹੀਂ ਹੁੰਦਾ ਉਹਨਾਂ ਨੂੰ ਵੇਖ ਕੇ ਸਮਝਦੇ ਸਨ ਇਹਤਾ ਜੋਰੀ ਏ ਇਹ ਕਿਵੇਂ ਪ੍ਰਜਾਪਤਾ ਹੋ ਸਕਦਾ ਏ ਅਰੇ ਇਸ ਵਿੱਚ ਵੀ ਸਮਝਣ ਦੀਆਂ ਗੱਲਾਂ ਸਨ ਮੁੰਝਣ ਦੀਆਂ ਗੱਲਾਂ ਨਹੀਂ ਹੈਗੀ ਆ ਕੇ ਸਮਝਣਗੇ ਤਾਂ ਹੀ ਤਾਂ ਸਮਝਣ ਸਮਝ ਆਏਗਾ ਨਾ ਅਸੀਂ ਬ੍ਰਹਮ ਮੁਖ ਵੰਸ਼ਾਵਲੀ ਹੁਣ ਬਣਦੇ ਆ ਸਾਡਾ ਹੱਕ ਲੱਗਦਾ ਏ ਅਸੀਂ ਵਿਸ਼ਵ ਦਾ ਮਾਲਿਕ ਬਣਨ ਦੇ ਲਈ ਹੁਣ ਪੜਦੇ ਪਏ ਆ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜੀ ਨੂੰ ਦਿਲ 와 ਜਾਨ ਸਿੱਖ 와 ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁਖ ਸਾਰੇ ਅਸ਼ੁੱਧਤਾ ਨੂੰ ਛੱਡ ਕੇ ਸ਼ੁੱਧ ਅਹੰਕਾਰ ਵਿੱਚ ਰਹਿਣਾ ਹੈ ਇਹ ਚੇਰਾ ਦੇਵਤਾ ਜਿਹਾ ਸਦਾ ਅਰਸ਼ਿਤ ਰੱਖਣ ਦੇ ਲਈ ਸਦਾ ਅਪਾਰ ਖੁਸ਼ੀ ਵਿੱਚ ਰਹਿਣਾ ਹੈ ਬਾਪ ਦਾਦਾ ਸਮਾਨ ਨਿਰੰਕਾਰੀ ਬਣਨਾ ਹੈ ਸੇਵਾਦਾਰੀ ਬਣ ਕੇ ਸਬੂਤ ਵੀ ਦੇਣਾ ਹੈ ਕਦੇ ਕਪੂਤ ਨਹੀਂ ਬਣਨਾ ਅੱਜ ਦਾ ਵਰਦਾਨ ਹੈ ਇੱਕ 바ਬਾ ਦੂਜਾ ਨਾ ਕੋਈ ਇਸ ਸਥਿਤੀ ਨਾਲ ਸਦਾ ਇੱਕ ਰਸ ਅਤੇ ਲਵਲੀਨ ਰਹਿਣ ਵਾਲੇ ਸਹ ਜਿਉਗੀ ਪਵ ਇੱਕ ਬਾਪ ਦੂਜਾ ਨਾ ਕੋਈ ਜਿਹੜੇ ਬੱਚੇ ਇਹੋ ਜੀ ਸਥਿਤੀ ਵਿੱਚ ਰਹਿੰਦੇ ਸਨ ਉਹਨਾਂ ਦੀ ਬੁੱਧੀ ਵਿੱਚ ਸਾਰ સ્વરૂਪ ਵਿੱਚ ਸਹਿਜ ਸਿਤਤ ਹੋ ਜਾਂਦਾ ਏ ਜਿੱਥੇ ਇੱਕ ਬਾਪਸਣ ਉੱਥੇ ਸਥਿਤੀ ਇੱਕ ਰਸ ਅਤੇ ਲਵਲੀਣ ਹੋ ਹੀ ਜਾਂਦੀ ਏ ਜੇਕਰ ਇੱਕ ਦੇ ਬਜਾਏ ਕੋਈ ਦੂਜਾ ਤੀਜਾ ਆਂਦਾ ਏ ਤਾਂ ਖਿਟਪਿਟ ਹੁੰਦੀ ਏ ਇਸ ਲਈ ਅਨੇਕ ਵਿਸਤਾਰਾਂ ਨੂੰ ਛੱਡ ਕੇ ਸਾਰ સ્વરૂਪ ਦਾ ਅਨੁਭਵ ਕਰੋ ਇੱਕ ਦੀ ਯਾਦ ਵਿੱਚ ਇੱਕ ਰਸ ਰੋ ਤਾਂ ਸਹਿਜ yogi ਬਣ ਜਾਓਗੇ ਅੱਜ ਦਾ ਸਲੋਗਨ ਹੈਗਾ ਦਿਲ ਵਿੱਚ ਸਦਾ ਅਈਓ ਅਨਹਦ ਗੀਤ বাজਾਂਦੇ ਰਹੋ ਮੈਂ ਬਾਬਾ ਦਾ ਬਾਬਾ ਮੇਰਾ ਦਿਲ ਵਿੱਚ ਸਦਾ ਅਈਓ ਅਨਹਦ ਗੀਤ ਵੱਜਦਾ ਰਹੇ ਕਿ ਮੈਂ ਬਾਬਾ ਦਾ ਬਾਬਾ ਮੇਰਾ ਓਮ ਸ਼ਾਂਤੀ